ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਦਾ ਸਮਾਗਮ ਸ਼ਿਵ ਸੈਨਾ ਹਿੰਦੁਸਤਾਨ ਤੇ ਰਾਸ਼ਟਰੀ ਜੋਤੀ ਕਲਾ ਮੰਚ ਵੱਲੋਂ SST ਨਗਰ ਦੇ ਗਰਾਊਂਡ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਹਾਜ਼ਰ ਹੋਏ। ਇਸ ਮੌਕੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਵੱਲੋਂ ਸ਼ਿਵ ਸੈਨਾ ਹਿੰਦੁਸਤਾਨ ਅਤੇ ਰਾਸ਼ਟਰੀ ਕਲਾ ਜੋਤੀ ਮੰਚ ਤੋਂ ਕਰਵਾਏ ਗਏ ਇਸ ਸਮਾਗਮ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਦੁਸਹਿਰਾ ਤਿਉਹਾਰ ਬੁਰਾਈ ਅਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਲਈ ਸਾਨੂੰ ਸਾਰੇ ਬੁਰੇ ਕਰਮ ਛੱਡ ਕੇ ਚੰਗੇ ਕਾਰਜ ਕਰਨੇ ਦੀ ਸਹੁੰ ਖਾਣੀ ਚਾਹੀਦੀ ਹੈ। ਇਸ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਮੁਖੀ ਸ਼੍ਰੀ ਪਵਨ ਕੁਮਾਰ ਗੁਪਤਾ ਨੇ ਵੱਲੋਂ ਸਾਰਿਆਂ ਨੂੰ ਦੁਸਹਿਰੇ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਦਿਖਾਏ ਰਾਹ 'ਤੇ ਚੱਲਣ ਦੀ ਅਪੀਲ ਕੀਤੀ। ਦੁਸਹਿਰੇ ਦਾ ਇਹ ਤਿਉਹਾਰ ਅਸੀਂ ਮਨਾ ਰਹੇ ਹਾਂ, ਪੂਰੀ ਦੁਨੀਆ ਦੇ ਵਿੱਚ ਇਹ ਪ੍ਰਚਲਿਤ ਹੈ ਕਿ ਦੁਸਹਿਰਾ ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਹੈ। ਪਰ ਸ਼੍ਰੀ ਰਾਮਾਇਣ ਜੀ ਤੋਂ ਜਿਹੜੀ ਸੇਧ ਮਿਲਦੀ ਹੈ, ਉਸ ਅਨੁਸਾਰ ਭਗਵਾਨ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਔਰ ਰਾਵਣ ਦੋਨੋਂ ਹੀ ਅਲੱਗ ਅਲੱਗ ਸੰਸਕ੍ਰਿਤੀਆਂ ਦੇ ਪ੍ਰਤੀਕ ਹੈ। ਭਗਵਾਨ ਰਾਮ ਜਿੱਥੇ ਨਮਰਤਾ, ਮਰਿਆਦਾ ਔਰ ਹਲੀਮੀ ਦੇ ਪ੍ਰਤੀਕ ਹੈ, ਉੱਥੇ ਰਾਵਣ ਗਿਆਨਵਾਨ ਹੋਣ ਦੇ ਬਾਵਜੂਦ, ਚਾਰੋਂ ਵੇਦਾਂ ਦੇ ਗਿਆਤਾ ਹੋਣ ਦੇ ਬਾਵਜੂਦ ਅਹੰਕਾਰ ਦਾ ਵੀ ਪ੍ਰਤੀਕ ਹੈ। ਔਰ ਮੈਨੂੰ ਅੱਜ ਹੀ ਕਿਸੇ ਦਾ ਵਟਸਐਪ ਮੈਸੇਜ ਮਿਲਿਆ, ਸਾਡੀ ਪਾਰਟੀ ਦੇ ਵਨੀਤ ਸਹਿਗਲ ਨੇ, ਉਹਨਾਂ ਨੇ ਇੱਕ ਮੈਸੇਜ ਕੀਤਾ ਕਿ ਇਹ ਵੀ ਇੱਕ ਦੇਖੋ ਕਿੰਨੀ ਵੱਡੀ ਸੱਚਾਈ ਹੈ ਕਿ ਅਸੀਂ ਰਾਵਣ ਬਣਾਉਂਦੇ ਹਾਂ ਫਿਰ ਸ਼ਾਮ ਨੂੰ ਰਾਵਣ ਨੂੰ ਫੂਕਦੇ ਹਾਂ। ਮਤਲਬ ਲਾਈਨਾਂ ਦੋ ਹੀ ਹੈ, ਪਰ ਇਹਦੇ ਵਿੱਚ ਜੇ ਅਸੀਂ ਡੁੰਗਾਈ 'ਚ ਜਾਈਏ ਤੇ ਇਹਦੇ ਵਿੱਚ ਵੀ ਗਿਆਨ ਹੈ ਵੀ ਅਸੀਂ ਖੁਦ ਆਪਣੇ ਅੰਦਰ ਅਹੰਕਾਰ ਪਾਲਦੇ ਹਾਂ। ਅਸੀਂ ਪੂਰੀ ਰਾਮਾਇਣ ਪੜ੍ਹਨ ਤੋਂ ਬਾਅਦ ਵੀ ਹਰ ਰੋਜ਼ ਦੁਸਹਿਰਾ ਮਨਾਉਣ ਦੇ ਬਾਵਜੂਦ ਵੀ ਉਹਦੇ ਕੀਤੇ ਹੋਏ ਕਰਮਾਂ ਤੋਂ ਸਿੱਖਿਆ ਲੈਣ ਤੋਂ ਕਿਤੇ ਨਾ ਕਿਤੇ ਬਾਂਝੇ ਰਹਿ ਜਾਂਦੇ ਹਾਂ। ਬਹੁਤ ਸ਼ੁਭ ਦਿਹਾੜਾ ਹੈ, ਦੁਸਹਿਰਾ ਹੈਗਾ, ਸਾਰੇ ਨਰਾਤੇ ਖਤਮ ਹੋ ਕੇ ਅੱਜ ਦਾ ਦਿਹਾੜਾ ਆਇਆ ਔਰ ਸਾਰਿਆਂ ਨੂੰ, ਪਟਿਆਲਵੀਆਂ ਨੂੰ, ਪੰਜਾਬੀਆਂ ਨੂੰ, ਸਾਰੇ ਹਿੰਦੁਸਤਾਨ 'ਚ ਸਭ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ। ਅੱਜ ਵਿਜੇ ਦਸ਼ਮੀ ਦਾ ਪੁਰਬ, ਸ਼ਿਵ ਸੈਨਾ ਹਿੰਦੁਸਤਾਨ ਨੇ ਕੰਬਾਈਨਡ ਰਾਕੇਸ਼ ਯਾਦਵ ਜੀ ਨਾਲ ਰਲ ਕੇ ਮਨਾਇਆ ਹੈ ਅਤੇ ਅੱਜ ਵਿਜੇ ਦਸ਼ਮੀ ਜਿਹੜਾ ਕਿ ਬੁਰਾਈ ਦੇ ਉੱਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਰਾਵਣ ਫੂਕਿਆ ਗਿਆ, ਇਸ ਰਾਵਣ ਨੂੰ ਫੂਕਣ ਦਾ ਅਰਥ ਇਹ ਹੈ ਕਿ ਅਸੀਂ ਬੁਰਾਈ ਦਾ ਨਾਸ਼ ਕਰ ਦਿੱਤਾ, ਸੱਚ ਅਤੇ ਚੰਗਿਆਈ ਜਿਹਦੀ ਸਦਾ ਜਿੱਤ ਹੁੰਦੀ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੰਦੀ ਹਾਂ। ਲੋਕ ਕਹਿੰਦੇ ਨੇ ਵਾਰਿਸ਼ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਜੇ ਕੱਢ ਜਾਣ ਪੋਰੀਆਂ ਪੋਰੀਆਂ ਜੀ, ਪਰ ਸਾਡੇ ਵਿਚਾਰ ਨੇ
ਕਿ ਬੁਰੀਆਂ ਆਦਤਾਂ ਵੀ ਛੱਡੀਆਂ ਜਾ ਸਕਦੀਆਂ ਨੇ ਜੇ ਛੱਡੀਏ ਥੋੜੀਆਂ ਥੋੜੀਆਂ ਜੀ। ਮੀਡੀਆ ਐਕਸ਼ਨ ਟੀਵੀ ਦੇ ਲਈ ਮੋਹਨ ਲਾਲ ਕੁੱਕੀ ਦੇ ਨਾਲ ਸਰਬਜੀਤ ਹੈਪੀ ਦੀ ਰਿਪੋਰਟ।